ਕਿੰਨੇ ਕਿਤੇ ਨਹੀਂ ਆਪਾਂ ਕਹਿ ਸਕਦੇ ਕਿ ਸ਼ਾਇਦ ਜੋ ਹੈ ਭਾਜਪਾ ਜਿਹਨੂੰ ਆਰਐਸਐਸ ਦੇ ਨਾਮ ਨਾਲ ਜੋੜਿਆ ਜਾਂਦਾ ਹੈ ਸਿਰ ਸਿਆਸੀ ਪਾਰਟੀ ਹੋਣ ਤੇ ਸਿਕਸ ਸਿਆਸਤ ਹੋਏ ਕਿਤੇ ਆਰਐਸਐਸ ਤਾਂ ਨਹੀਂ ਕੰਟਰੋਲ ਕਰਨਾ ਚਾਹੀਦਾ ਇਹ ਕਾਬਜ ਕਰਾਣਾ ਚਾਹ ਰਿਹਾ ਹੈ ਸਰਕਾਰ ਕਦੀ ਵੀ ਕਿਸੇ ਧਰਮ ਸਥਾਨ ਤੇ ਆਪਣਾ ਡਬਦਬਾ ਨਹੀਂ ਬਣਾਣੀ ਚਾਹੀਏਗੀ ਇਹ ਇਹੋ ਜਿਹੇ ਬੰਦੇ ਕਰਪਟ ਬੰਦੇ ਗਲਤ ਬੰਦੇ ਚੋਰ ਬੰਦੇ ਅੱਜ ਕਾਬਜ ਕਰਾਣਾ ਚਾਹ ਰਿਹਾ ਹੈ ਕਹ ਰਿਹਾ ਮੈਂ ਤਾਂ ਮੈਂਬਰ ਬਣਿਆ ਰਾਵਾਂਗਾ ਕੰਮ ਕਰਾਂਗਾ ਕਿਉਂਕਿ ਮੇਰੇ ਬਿਨਾ ਕੰਮ ਰੁਕੇ ਹੋਏ ਤੁਸੀਂ ਗੇਮ ਖੇល ਰਹੇ ਹੋ ਪਹਿਲਾਂ ਤੋਂ ਮੈਂ ਬੋਲਦਾ ਤੇਰੇ ਬਿਨਾ ਕਮੇਟੀ ਨਹੀਂ ਚੱਲ ਸਕਦੀ ਕਿ ਤੂੰ 8 ਸਾਲ ਦਾ 82 ਕਮੇਟੀ ਚੱਲ ਰਹੀ ਹੈ ਉਸ ਤੋਂ ਪਹਿਲੇ ਕਮੇਟੀ ਬਹੁਤ ਵਧੀਆ ਚੱਲਦੀ ਐ ਇਸ ਕਰਕੇ ਐਨ ਵੀ ਡਰ ਪੈ ਗਿਆ ਸੀ ਕਿ ਮੇਰਾ ਕਾਬਜ ਖਤਮ ਹੋ ਜਾਏਗਾ ਮੈਂ ਜੋ ਅੱਜ ਮਨੂੰ 25-25 ਸੇਵਾਦਾਰ ਜਿਹੜੇ ਮੈਂ ਯੂਜ਼ ਕੀਤੇ ਹੋਏ ਐ ਚੇਅਰਮੈਨ ਵੀ ਚਲੇ ਜਾਈਗੇ ਉਹਨਾਂ ਮੈਂਬਰਾਂ ਦੀ ਮੈਨੇਜਰੀ ਵੀ ਚਲੇ ਜਾਈਗੇ ਕਿਉਂਕਿ ਇਹਨਾਂ ਨੇ ਚੇਅਰਮੈਨ ਮੈਨੇਜਰ ਬਣ ਕੇ ਬਹੁਤ ਕ腐ਪਸ਼ਨ ਕੀਤੀ ਹੈ ਇਸ ਕਰਕੇ ਉਹਨਾਂ ਆਗਤ ਪੈ ਗਿਆ ਇਹ ਇਸ ਕਰਕੇ ਵਾਪਸ ਆਇਆ ਕੋਈ ਦਿੱਲੀ ਕਮੇਟੀ ਦੇ ਫਾਇਦੇ ਵਾਸਤੇ ਵਾਪਸ ਨਹੀਂ ਆਇਆ ਇਹਦੇ ਨਾਲ ਦਿੱਲੀ ਕਮੇਟੀ ਨੂੰ ਫਾਇਦਾ ਨਹੀਂ ਹੋਏਗਾ ਇਹਦੇ ਨਾਲ ਦਿੱਲੀ ਕਮੇਟੀ ਨੂੰ ਘਾਟਾ ਹੀ ਹੋਣਾ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਡੀਫਾਈ ਚੈਨਲ ਪੰਜਾਬੀ ਤੇ ਅੱਜ ਅਸੀਂ ਗੱਲ ਕਰਾਂਗੇ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੇ ਕੁਝ ਹੀ ਸਮੇਂ ਪਹਿਲਾਂ ਜਿਹੜੇ ਨੇ ਲਗਭਗ 1 ਮਹੀਨੇ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਅਸਤੀਫਾ ਸੌਂਪਦੇ ਨੇ ਤੇ ਜਾ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਤੇ ਉਦੋਂ ਭਾਜਪਾ ਨੂੰ ਗਾਲਾਂ ਕੱਢਦੇ ਸੀਗੇ ਮੰਦਾ ਬੋਲਦੇ ਸੀਗੇ ਤੇ ਅੱਜ ਉਸੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਕਿਹਾ ਕਿ ਕੁਝ ਜਿਹੜੀ ਹੈ ਭਾਜਪਾ ਸਿੱਖ ਤੈਸ਼ੀ ਪਾਰਟੀ ਹੈ ਸਿੱਖਾਂ ਦੇ ਕਾਫੀ ਕੰਮ ਜਿਹੜੇ ਕਰਾਉਣੇ ਨੇ ਲੇਕਿਨ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਯੂਥ ਵਿੰਗ ਤੋਂ ਸਨ ਜਸਮੀਤ ਸਿੰਘ ਪੀਤੰਪੁਰਾ ਜੀ ਨੇ ਉਸ ਸਮੇਂ ਸਮੇਂ ਸਿਰ ਜਿਹੜਾ ਆਵਾਜ਼ ਉਠਾਉਂਦੇ ਨੇ ਸੰਗਤ ਨੂੰ ਸੁਚੇਤ ਕਰਦੇ ਨੇ ਮਨਿੰਦਰ ਸਿੰਘ ਸਿਰਸਾ ਦੇ ਖਿਲਾ ਮਨਿੰਦਰ ਸਿੰਘ ਸਿਰਸਾ ਨੇ ਯੂ-ਟਰਨ ਲਿਆ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲੇ ਤੁਸੀਂ ਗੱਲ ਕਹੀ ਕਿ ਮਨਿੰਦਰ ਸਿੰਘ ਸਿਰਸਾ ਦੇ ਖਿਲਾਫ ਬੋਲਣਾ ਉਹ ਜੋ ਗਲਤ ਕੰਮ ਕਰਦਾ ਨਾ ਮਾਨੂੰ ਮਨਿੰਦਰ ਸਿੰਘ ਸਿਰਸਾ ਨਾਲ ਪਰਸਨਲੀ ਕੋਈ ਲੜਾ ਦਿੰਨਾ ਨਹੀਂ ਹੈ ਉਹ ਵੀ ਸਿੱਖਿਆ ਮੈਂ ਵੀ ਸਿੱਖਿਆ ਪਰ ਉਹ ਜੋ ਕੌਮ ਦੇ ਪਿੱਛੇ ਦੇ ਛੂਰਾ ਮਾਰ ਰਿਹਾ ਨਾ ਉਹਦੀ ਜਿਹੜੀ ਸੱਚਾਈ ਆ ਉਹ ਸੰਗਤ ਸਾਹਮਣੇ ਲਿਆ ਕੇ ਰੱਖਣਾ ਉਹ ਬੋਲਦਾ ਜੋ ਸਿਰਸਾ ਸਾਹਿਬ ਨੇ ਯੂ-ਟਰਨ ਮਾਰਿਆ ਇਹਨੂੰ ਯੂ-ਟਰਨ ਨਹੀਂ ਕਹਾਂਗੇ ਇਹਨੂੰ ਕਹਾਵਤ ਵਿੱਚ ਕਿਹਾ ਜਾਂਦਾ ਥੁੱਕ ਕੇ ਚਟਣਾ ਸਿਰਸਾ ਸਾਹਿਬ ਨੇ ਕੱਲ ਗੱਲ ਕੀਤੀ ਐ ਮੈਂ ਵੀਡੀਓ ਵੇਖੀ ਉਹਨਾਂ ਦੀ ਉਹਨਾਂ ਨੇ ਦੋ ਚਾਰ ਜਿਹੜੀਆਂ ਗੱਲਾਂ ਕੀਤੀਆਂ ਟੀਚਰ ਨੂੰ ਸੈਲਰੀ ਨਹੀਂ ਮਿਲ ਪਾਰੀ ਉਹਦੇ ਕਰਕੇ ਮੈਂ ਆਪਣਾ ਸਤੀਫਾ ਵਾਪਸ ਲੈ ਰਿਹਾ ਜਦ ਤੱਕ ਨਵੀਂ ਕਮੇਟੀ ਨਹੀਂ ਬਣ ਜਾਂਦੀ ਭਾਈ ਸਾਹਿਬ 8 ਸਾਲ ਤੋਂ ਤੂੰ ਤਨਖਾ ਨਹੀਂ ਦੇ ਰਿਹਾ ਤਦ ਕਿੱਥੇ ਸੋ ਇੱਕ ਮਹੀਨਾ ਬਾਅਦ ਸਤੀਫਾ ਦਿੱਤਾ ਨਾ ਤੂੰ ਉਸ ਤੋਂ ਬਾਅਦ ਤਨਖਾ ਤੂੰ ਨਹੀਂ ਦੇ ਰਿਹਾ ਉਸ ਤੋਂ ਬਾਅਦ ਤੇਰੇ ਚਾ ਕਿੰਨੀ ਵਾਰੀ ਧਰਨੇ ਮਾਰ ਬੈਠੀਆਂ ਟੀਚਰ ਦਿਨ ਦਿਨ ਤਬਾਰ ਬਾਰ ਬਠੇ ਰੀਆਂ ਰਾਤ ਬਾਰ ਬਠੇ ਰੀਆਂ ਤੁਸੀਂ ਵੀ ਰਿਕਾਰਡ ਕੀਤੀ ਸੀਗੀ ਹੋ ਤਦ ਕਿਸੇ ਸੀ ਮਿੰਦਰ ਸਿੰਘ ਸਿਰਸਾ ਸਾਹਿਬ ਸਟਾਫ ਦਾ ਪੀਐਫ ਖਾ ਜਾਂਦੇ ਆ ਜਿਹੜਾ ਉਹਨਾਂ ਦੀ ਮਿਹਨਤ ਦੀ ਕਮਾਈ ਹੈ ਜਿਹੜੇ ਪੀਐਫ ਜਮ੍ਹਾਂ ਹੁੰਦਾ ਜਦੋਂ ਰਿਟਾਇਰ ਹੋਣਗੇ ਉਹਨਾਂ ਦੇ ਵਾਸਤੇ ਲੋੜ ਪੈਂਦਾ ਬੱਚਿਆਂ ਦੇ ਵਿਆਹ ਵਾਸਤੇ ਦਵਾਈ ਛੁਵਾਈ ਵਾਸਤੇ ਤਦ ਪੈਸਾ ਤੁਸੀਂ ਕਿੱਥੇ ਜੋ ਤੁਹਾਨੂੰ ਯਾਦ ਨਹੀਂ ਆਈ ਸਟਾਫ ਦੀ ਤਾਂ ਤੁਹਾਨੂੰ ਸਕੂਲਾਂ ਦੀ ਟੀਚਰਾਂ ਦੀ ਯਾਦ ਨਹੀਂ ਆਈ ਤੇ ਸਿਰਫ ਦੇ ਸਿਰਫ ਇਹ ਦਿਨ ਦਾ ਨਾ ਇੱਕ ਦਿਖਾਵਾ ਹੈ ਕਿ ਐਕਚੁਅਲੀ ਇਹਨੂੰ ਆਰਧ ਪੈ ਗਈ ਚੋਰੀ ਦੀ ਚੋਰੀ ਤੋਂ ਗੁਲਾਬ ਦੇ ਵਿੱਚ ਜਿਹੜੇ ਮਰਜੀ ਵਧੀਆ ਫੁੱਲ ਖਿਲ ਜਾ ਲੇਕਿਨ ਉਹ ਜਿਹੜਾ ਗੁਲਾਬ ਦਾ ਫੁੱਲ ਆ ਉਹੀ ਖਿਲ ਰਹਾ ਹੋਏਗਾ ਬਾਕੀ ਸਾਰੇ ਜਿਹੜੇ ਕੰਡੇ ਵਾਲੇ ਫੁੱਲ ਹੋਣਗੇ ਉਹ ਕੰਡੇ ਹੀ ਚੋਬਣਗੇ ਅੱਜ ਇਹ ਮੀਨਸ ਚ ਜਾਤੋ ਜਾ ਕੇ ਕਹਿੰਦਾ ਸੀਗਾ ਕਿ ਸਰਕਾਰਾਂ ਕਬਜ਼ੇ ਕਰਨੀ ਜਾਂਦੀਆਂ ਸਰਕਾਰਾਂ ਦੇ ੱਤੇ ਚੜ ਰਹੇ ਆ ਸਰਕਾਰਾਂ ਕਬਜ਼ਾ ਕਰਨਾ ਚਾਹੁੰਦੇ ਦਿੱਲੀ ਕਮੇਟੀ ਤੇ ਸਰਕਾਰਾਂ ਕਬਜ਼ਾ ਨਹੀਂ ਕਰਨੀ ਚਾਹੁੰਦੀਆਂ ਇਹੋ ਜਿਹੇ ਬੰਦੇ ਜਿਹੜੇ ਕਰਪਟ ਇਨਸਾਨ ਇਹੋ ਜਿਹੇ ਗਲਤ ਇਨਸਾਨ ਸਰਕਾਰਾਂ ਨੂੰ ਅੱਜ ਇਹ ਭਾਜਪੀ ਨੂੰ ਵੀ ਗਾਲਾਂ ਕਬਵਾ ਰਿਹਾ ਅੱਜ ਭਾਜਪਾ ਦੀ ਕੋਈ ਗਲਤੀ ਨਹੀਂ ਹੈ ਇਹ ਅੱਜ ਭਾਜਪਾ ਵੀ ਗਾਲਾਂ ਪਵਾ ਰਿਹਾ ਜਦ ਤੱਕ ਕੱਲ ਦਾ ਇਹ ਅਸਤੀਫਾ ਵਾਪਸ ਲੇਤਾ ਹੈ ਸਾਰੇ ਭਾਜਪਾ ਤੇ ਅਟੈਕ ਕਰ ਰਿਹਾ ਇਹ ਅੱਜ ਭਾਜਪਾ ਵੀ ਨੂੰ ਗਾਲਾਂ ਪਵਾ ਰਿਹਾ ਇਹ ਕਿਸੇ ਦੀ ਸੱੱਕਾ ਨਹੀਂ ਹੈ ਇਹ ਜਿੱਥੇ ਜਾਏਗਾ ਉੱਥੇ ਜਾ ਕੇ ਉਹਨੂੰ ਇਹ ਬਰਬਾਦ ਹੀ ਕਰ ਦੇਗਾ ਉਹ ਬੰਦਾ ਕਹਿੰਦੇ ਨਾ ਆਪਣੇ ਮਕਾਨ 'ਚ ਹੋਏਗਾ ਤੇ ਅਗਰ ਇਹ ਜਾ ਕੇ ਉਹਨਾਂ ਦੇ ਕੋਲ ਬਹਿ ਜਾਏਗਾ ਤਾਂ ਕਿਰਾਏ ਦੇ ਮਕਾਨ ਤੇ ਆ ਜਾਏਗਾ ਇਹ ਹਾਲਾਤ ਨੇ ਇਹ ਐਸਾ ਨੈਸ਼ ਹੈ ਪਰ ਕਿਤੇ ਕਿਤੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਸ਼ਾਇਦ ਜੋ ਹੈ ਭਾਜਪਾ ਜਿਹਨੂੰ ਆਰਐਸएस ਦੇ ਨਾਮ ਨਾਲ ਜੋੜਿਆ ਜਾਂਦਾ ਹੈ ਸਿਆਸੀ ਪਾਰਟੀ ਹਉਣ ਚ ਸਿੱਖ ਸਿਆਸਤ ਹੋਏ ਕਿਤੇ ਆਰਐਸएस ਤਾਂ ਨਹੀਂ ਕੰਟਰੋਲ ਕਰਨਾ ਚਾਹਦੀ ਇਹ ਕਰਾ ਰਿਹਾ ਹੈ ਕੋਈ ਵੀ ਸਰਕਾਰ ਦੇਖੋ ਆ ਸਰਕਾਰ ਜਿਹੜੀ ਕਾਬਜ ਹੈ ਜਾਂ ਭਾਜਪਾ ਹੈ ਆ ਜੋ ਕਾਬਜ ਹੈ ਸਿੱਖਾਂ ਨੇ ਜੋ ਕੰਮ ਦੇਖੋ ਦਿੱਲੀ ਦੀ ਮਿੱਟੀ ਬਿਨਾਂ ਸਰਕਾਰਾਂ ਦੇ ਹੋੜ ਤੇ ਨਹੀਂ ਚੱਲ ਸਕਦੀ ਕਿਉਂਕਿ ਸਕੂਲਸ ਵੀ ਚਲਾਣੇ ਆ ਮਿਨੋਰਟੀਜ਼ ਐ ਜਗਾਵਾ ਲੈਣੀਆਂ ਹੋਰ ਕੰਮ ਨੇ ਕੋਈ ਈਸ਼ੂ ਹੋ ਜਾਂਦਾ ਸਿੱਖ ਦੇ ਵਿੱਚ ਉਹ ਹੋਮ ਮਿਨਿਸਟਰੀ ਨਹੀਂ ਕੰਮ ਕਰਦਾ ਏ ਵਜਬ ਦੇਖੋ ਸਰਕਾਰ ਦਾ ਕੰਮ ਹੈ ਅਗਰ ਅਸੀਂ ਅਜ ਉਹਨਾਂ ਕੋਲ ਕੋਈ ਸਹੀ ਬੰਦਾ ਜਾ ਰਿਹਾ ਸਰਕਾਰ ਜਰੂਰ ਕੰਮ ਕਰੇਗੀ ਅਗਰ ਸਿੱਖ ਕੌਮ ਸਰਕਾਰ ਕੋਲ ਜਾ ਰਹੀ ਹੈ ਜਿਹੜੀ ਕਾਬਜ ਹੋ ਕੇ ਕੰਮ ਕਰੇਗੀ ਸਰਕਾਰ ਨਾਲ ਸਾਡੀ ਸਾਂਝੀਆਂ ਨੇ ਚਾਹੇ ਉਹ Hindu ਹੈ ਚਾਹੇ ਸਿੱਖ ਧਰਮ ਆਚ ਹੈ ਉਹ ਸਭ ਬਾਕੀ ਸਾਰੇ ਧਰਮ ਦੇ ਜਿਹੜਾ ਧਰਮ ਦਾ ਬੰਦਾ ਉਹਨਾਂ ਕੋਲ ਸਰਕਾਰ ਭੁੱਲ ਜਾਏਗਾ ਉਹਦੇ ਕੰਮ ਕਰਨਾ ਹੀ ਪਏਗਾ ਸਰਕਾਰ ਨੂੰ ਤੇ ਇਸ ਕਰਕੇ ਇਹ ਕਹਿ ਦੇਣਾ ਸਿਰਫ ਤੇ ਸਿਰਫ ਇਹੋ ਜਿਹਾ ਕਰਪਟ ਇਨਸਾਨ ਜਿਹੜੇ ਕੂੜੇ ਤੇ ਢੇਡ ਦੇ ਵਿੱਚ ਪੈਦਾ ਹੋਏਗਾ ਨਾ ਇਹੋ ਜਿਹੇ ਇਨਸਾਨ ਅੱਜ ਇਹ ਕਾਬਜ ਕਰਾਉਣਾ ਚਾਹ ਰਿਹਾ ਹੈ ਸਰਕਾਰ ਕਦੀ ਵੀ ਕਿਸੇ ਧਰਮ ਸਥਾਨ ਤੇ ਆਪਣਾ ਜਬਦਬਾਨੀ ਬਣਾਣੀ ਜਾਏਗੀ ਇਹ ਇਹੋ ਜਿਹੇ ਬੰਦੇ ਕਰਪਟ ਬੰਦੇ ਗਲਤ ਬੰਦੇ ਚੋਰ ਬੰਦੇ ਅੱਜ ਕਾਬਜ ਕਰਾਉਣਾ ਚਾਹ ਰਿਹਾ ਹੈ ਪਰ ਉਹ ਕਹਿ ਰਿਹਾ ਮੈਂ ਤਾਂ ਮੈਂਬਰ ਬਣਿਆ ਰਾਵਾਂਗਾ ਕੰਮ ਕਰਾਂਗਾ ਕਿਉਂਕਿ ਮੇਰੇ ਬਿਨਾ ਕੰਮ ਰੁਕੇ ਹੋਏ ਨੇ ਤੇਰੇ ਬਿਨਾ ਕੰਮ ਕਿਉਂ ਰੁਕੇ ਨੇ ਦੱਸ ਨਾ ਪੰਜਾਬੀ ਤੂੰ ਫੇਲ ਹੋ ਜਾਂਦਾ ਤੂੰ ਕੋਰਟ ਦੇ ਵਿੱਚ ਚੈਲੰਜ ਕਰ ਦਿੰਦਾ RGPC 도 ਵੀ ਚੈਲੰਜ ਕਰਵਾ ਦਿੰਦਾ ਚਲੋ ਉਹਨਾਂ RGPC 5 ਤਰੀਕ ਨੇ ਡਾਇਰੈਕਟਰ ਵੀ ਬੁਲਾ ਲੀਆ ਚਾਹ RGPCS ਹੈ ਵੀ ਉਹਨਾਂ ਮੈਂ ਤਾਂ ਤੋ ਕੇਸ ਕਿਉਂ ਨਹੀਂ ਵਾਪਸ ਲੈ ਰਿਹਾ ਕੇਸ ਵਾਪਸ ਲੈ ਤੂੰ ਸਰਕਾਰ ਨੂੰ ਕਹਿ ਵੀ ਜਿਹੜੇ ਜਿੱਤੇ ਮੈਂਬਰ ਨੇ ਆਓ ਜੀ ਜਨਰਲ ਆਰਡਰ ਜਲਦੀ ਬਣਾਓ ਦਿੱਲੀ ਕਮੇਟੀ ਦਾ ਜਿਹੜਾ ਕੰਮ ਪ੍ਰਭਾਵ ਹੋ ਰਿਹਾ ਹੈ ਤਨਖਾਹਾਂ ਨਹੀਂ ਦਿੱਤੀ ਜਾ ਰਹੀਆਂ ਅੱਗੇ ਗੁਰਪੁਰਪੁਰਬ ਵੀ ਆ ਰਹੇ ਨੇ ਹੋਰ ਵੀ ਰੋਜ਼ ਦੇ ਕੰਮ ਨੇ ਪ੍ਰੋਬਲਮਸ ਆ ਰਹੀਆਂ ਸੈਲਰੀ ਦੇਣ ਨੂੰ ਮੈਂ ਸਰਕਾਰ ਨੂੰ ਤੂੰ ਬੇਨਤੀ ਕਰਦਾ ਸਰਕਾਰ ਨੂੰ ਤੂੰ ਸਰਕਾਰ ਨੂੰ ਲੈਟਰ ਲਿਖਦਾ ਵੀ ਜਲਦੀ ਜਲਦੀ ਦਿੱਲੀ ਸਰਕਾਰ ਨੂੰ ਲੈਟਰ ਲਿਖਦਾ ਚੀਫ ਸਕੱਟਰੀ ਨੂੰ ਲੈਟਰ ਲਿਖਦਾ ਐਲਜੀ ਨੂੰ ਲਿਖਦਾ ਕਾਬਜ ਦੇਣ ਦੇਣ ਨੂੰ ਲੈਟਰ ਜਿਹੜੇ ਮੈਂਬਰ ਜਿਹੜੇ ਜਿੱਤੇ ਹੋਇਆ ਤੁਸੀਂ ਆ ਕੇ ਵਧੀਆ ਜੀ ਕਮੇਟੀ ਬਣਾਓ ਮੈਂ ਤੇ ਪਿੱਛੇ ਹੋ ਜਾਊਗਾ ਪਰ ਦਿੱਲੀ ਕਮੇਟੀ ਵਧੀਆ ਚੱਲਣੀ ਚਾਹੀਦੀ ਹੈ ਤੂੰ ਕਲਰ ਸਾਈਨ ਕਰਾ ਰਿਹਾ ਠੀਕ ਹੈ ਆਪ ਤੂੰ ਗੇਮ ਖੇល ਰਹਾ ਹੈ ਪਹਿਲੇ ਤੋਂ ਮੈਂਬਰ ਤੇਰੇ ਬਿਨਾ ਕਮੇਟੀ ਨਹੀਂ ਚੱਲ ਸਕਦੀ ਕਿ ਤੂੰ 8 ਸਾਲ ਦਾ ਹਾਈ ਕਮੇਟੀ ਚੱਲ ਰਹੀ ਹੈ ਉਸ ਤੋਂ ਪਹਿਲੇ ਕਮੇਟੀ ਬਹੁਤ ਵਧੀਆ ਚੱਲ ਰਹੀ ਸੀ ਤੂੰ ਤੇ ਆਇਆ ਕਮੇਟੀ ਦੇ ਬਰਬਾਦ ਹੋਈ ਹੈ ਤੂੰ ਚਲਾਣ ਨਹੀਂ ਆਇਆ ਤੂੰ ਕਮੇਟੀ ਨੂੰ ਬਰਬਾਦ ਕਰਨ ਆਇਆ ਤੂੰ ਕਹਿੰਦਾ ਜੀ ਸਰਨਾ ਸਾਹਿਬ ਜਿੱਤ ਚੁੱਕੇ ਹੈ ਬਾਕੀ ਜਿਹੜੇ ਮੈਂਬਰ ਜਿੱਤੇ ਹੋਏ ਮੈਂ ਤੇ ਹਾਰ ਚੁੱਕਾ ਮੇਰੇ ਤੇ ਦਿੱਲੀ ਕਮੇਟੀ ਮੈਨੂੰ ਸੁਣਾਤਾ ਕਿ ਮੈਂ ਸੇਵਾ ਦੇ ਲਾਇਕ ਨਹੀਂ ਆ ਮੈਂ ਪਿੱਛੇ ਹੋ ਰਿਹਾ ਬਾਕੀ ਆਓ ਜੀ ਕਮੇਟੀ ਬਣਾਓ ਤਾਂ ਕਿ ਦਿੱਲੀ ਕਮੇਟੀ ਦਾ ਕੰਮ ਠੀਕ ਨਾਲ ਚੱਲ ਸਕੇ ਅੱਜ ਇੱਕ ਬੈਠਕ ਬੁਲਾ ਲਈ ਗਈ ਹੈ ਕਿ ਓਮਿਕਰੋਨ ਜਿਸ ਤਰੀਕੇ ਨਾਲ ਵਧ ਰਿਹਾ ਦਿੱਲੀ ਦੇ ਵਿੱਚ ਕੇਸ ਆ ਰਹੇ ਨੇ ਪੂਰੇ ਦੇਸ਼ ਦੇ ਵਿੱਚ ਕੇਸ ਆ ਰਹੇ ਨੇ ਤੇ ਦਿੱਲੀ ਦੇ ਵਿੱਚ ਤਿਆਰੀਆਂ ਕੀਤੀ ਜਾਣ ਕੁਛ ਕਰੋਨਾ ਨੂੰ ਲੈ ਕੇ ਐ ਤੇ ਸਿਰਫ ਉਹਨੇ ਜਿਹੜੀ ਲਾਈਨ ਪਾਈ ਹੈ ਨਾ ਮੈਂ ਲੈਟਰ ਪੜ੍ਹੀ ਹੈ ਜੋ ਤੇ ਲਿਖਿਆ ਸੋਧ ਮੇਨ ਡਰ ਤੇ ਇਹਨੂੰ ਸੀਗਾ ਕਿ ਅੱਜ ਮੈਂ ਜਿਹੜੇ ਐਗਜ਼ੀਕਿਟਿਵ ਦੀ ਕਾਲਕਾ ਸਾਹਿਬ ਨੇ ਮੀਟਿੰਗ ਬੁਲਾਈ ਸੀ ਕਿ ਐਦੀ ਪਾਵਰਾਂ ਛਣੀਆਂ ਜਾਣੀਆਂ ਸੀਗੀਆਂ ਐਗਜ਼ੀਕਿਟਿਵ ਐਦੀ ਪਾਵਰਾਂ ਲੈ ਸਕਦਾ ਸੀਗਾ ਐਗਜ਼ੀਕਿਟਿਵ ਦੀ ਪਾਵਰ ਸਾਰੀ ਪਾਵਰ ਦੇ ਕੋਲ ਲੈ ਸਕਦਾ ਸੀਗਾ ਸੈਨਿੰਗ ਪਾਵਰ ਕਿਸੇ ਇੱਕ ਜਾਂ ਦੋ ਬੰਦੇ ਨੂੰ ਦੇ ਸਕਦਾ ਸੀਗਾ ਇਸ ਕਰਕੇ ਇਹਨੂੰ ਇਹ ਡਰ ਪੈ ਗਿਆ ਸੀ ਕਿ ਮੇਰਾ ਕਾਬਜ ਖਤਮ ਹੋ ਜਾਏਗਾ ਮੈਂ ਜੋ ਅੱਜ ਮਨੂ 25 25 ਸੇਵਾਦਾਰ ਜਿਹੜੇ ਮੈਂ ਯੂਜ਼ ਕੀਤੇ ਹੋਏ ਆ ਯਾਰ ਮੈਂ ਦਿੱਲੀ ਕਿ ਬੈਟਰੀ ਗੱਡੀਆਂ ਜਿਹੜੀ ਵਰਤ ਰਹੀਆਂ ਉਹ ਸਭ ਖਤ ਐਕਚੁਅਲੀ ਕੀ ਹੈ ਜਿਹੜੇ ਇਹਦੇ ਦੋ ਸਾਰੇ ਮੈਂਬਰ ਨਹੀਂ ਅੱਛੇ ਮੈਂਬਰ ਵੀ ਆ ਮੈਂ ਨਹੀਂ ਕਹਿੰਦਾ ਸਾਰੇ ਮੈਂਬਰ ਜਿਹੜੇ ਨੇ ਦੋ ਚਾਰ ਮੈਂਬਰ ਪੰਜ ਮੈਂਬਰ ਪਾਲੇ ਉਹਨਾਂ ਨੂੰ ਆਦਤ ਪੈ ਗਈ ਹੈ ਚੋਰੀ ਕਰਨ ਕੇ ਖਾਂਦੇ ਇਹਨੇ ਆਦਤ ਐਸੀ ਪਾਤੀ ਇਹਨੇ ਕਿਸੇ ਨੂੰ ਕਿਰਤ ਕਮਾਈ ਵੱਲ ਤੇ ਪਾਇਆ ਨਹੀਂ ਜਿਵੇਂ ਆਪ ਹੈ ਕਬਜਾ ਖੋਰ ਬਦਮਾਸ਼ੀ ਕਰਨ ਵਾਲਾ ਬੰਦਾ ਇਹਨੇ ਉਹਨਾਂ ਥੋੜੇ ਮੈਂਬਰਾਂ ਨੂੰ ਵੀ ਉਸ ਪਾਸੇ ਪਾਤਾ ਕਿ ਚੇਅਰਮੈਨ ਵੀ ਚਲੀ ਜਾਏਗੀ ਉਹਨਾਂ ਮੈਂਬਰਾਂ ਦੀ ਮੈਨੇਜਰੀ ਵੀ ਚਲੀ ਜਾਏਗੀ ਵੀ ਇਹਨਾਂ ਨੇ ਚੇਅਰਮੈਨ ਮੈਨੇਜਰ ਬਣ ਕੇ ਬਹੁਤ ਕ腐ਸ਼ਨ ਕੀਤੀ ਹੈ ਇਸ ਕਰਕੇ ਉਹਨਾਂ ਆਦਤ ਪੈ ਗਈ ਹੈ ਇਹ ਇਸ ਕਰਕੇ ਵਾਪਸ ਆਇਆ ਕੋਈ ਦਿੱਲੀ ਕਮੇਟੀ ਦੇ ਫਾਇਦੇ ਵਾਸਤੇ ਵਾਪਸ ਨਹੀਂ ਆਇਆ ਇਹਦੇ ਨਾਲ ਦਿੱਲੀ ਕਮੇਟੀ ਨੂੰ ਫਾਇਦਾ ਨਹੀਂ ਹੋਏਗਾ ਇਹਦੇ ਨਾਲ ਦਿੱਲੀ ਕਮੇਟੀ ਨੂੰ ਘਾਟਾ ਹੀ ਹੋਏਗਾ ਸੋਇਸਨ ਜਸਮੀ ਸਿੰਘ ਪਿੰਧਪੁਰਾ ਸ਼ਰਮਣੀ ਕਾਲੇਦਾਰ ਦਿੱਲੀ ਤੋਂ ਜਿਸ ਤਰੀਕੇ ਨਾਲ ਮਨਿੰਦਰ ਸਿੰਘ ਸਿਰਸਾ ਯੂਟਨ ਲੈ ਕੇ ਇੱਕ ਵਾਰ ਫਿਰ ਦਿੱਲੀ ਕਮੇਟੀ ਤੇ ਕਾਬਜ ਹੋ ਰਹੇ ਨੇ ਇਸ ਤਰੀਕੇ ਨਾਲ ਹੁਣ ਕਦੋਂ ਤੱਕ ਜਿਹੜਾ ਹੱਲ ਹੋਏਗਾ ਜਨਰਲ ਹਸ ਬੁਲਾਇਆ ਜਾਏਗਾ ਕਦੋਂ ਕਮੇਟੀ ਦਾ ਕੰਮ ਸਾਂਭੇ ਜਾਣਗੇ ਸਕੂਲਾਂ ਦੇ ਤਨਖਾਹਾਂ ਦਿੱਤੇ ਜਾਣਗੇ ਸਟਾਫ ਨੂੰ ਇਹ ਮਸਲੇ ਜਿੰਨੇ ਵੀ ਨੇ ਕਦੋਂ ਤੱਕ ਹੋਣਗੇ ਹਾਲ ਨੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਤੁਸੀਂ ਲਗਾਤਾਰ ਡੀਫਾਈਲ ਚੈਨਲ ਪੰਜਾਬੀ ਦੇ ਨਾਲ ਬਣੇ ਰਹੋ ਅਸੀਂ ਇਸ ਤਰੀਕੇ ਸਿੱਖ ਸਿਆਸਤ ਦੀਆਂ ਹਰ ਜਾਣਕਾਰੀ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਕਰਨਜੀਤ ਸਿੰਘ ਦੇ ਨਾਲ ਦਵਿੰਦਰ ਸਿੰਘ ਡੀਫਾਈਲ ਚੈ 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ